ਜੱਜੀ ਮੈਂ ਨੈਨ ਕਰ ਲਾ ਮਾਰ ਮਾਰੀ ਚੱਲ ਅੱਜ ਬੁੱਢਾ ਨੂੰ ਕਹਿ ਲੋ ਲੈ ਬੁੱਢਾ ਕਿਵੇਂ ਕਰ ਮਰਨਾ ਮਨਜ਼ੂਰ ਹੋ ਗਿਆ ਜਾ ਪਾਸ ਹੋ ਜਾ ਬੂਹੇ ਥਾਈ ਵਾਜ ਦੀ ਕੋਈ ਪਾਸ ਹੋ ਜਾ ਕੋਈ ਗੱਲ ਨੀ ਕੋਈ ਗੱਲ ਨੀ ਹੁਣ ਪਾਸ ਹੋ ਜਾ ਪਾਸ ਬੰਦੇ ਹੋਇਆ ਇਹਨਾਂ ਡੱਕ ਤੂੰ ਅੱਜ ਮੈਂ ਬਸ ਓ ਮੁੰਡੇ ਨੂੰ ਕਰ ਲੈ ਅੱਗੇ ਨਹੀਂ ਜਾਈਦਾ ਬੂਹੇ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਵਾਰ ਫਿਰ ਗੋਲੀਆਂ ਚੱਲ ਗਈਆਂ ਨੇ। ਭਰਾ ਹੀ ਭਰਾ ਦਾ ਜਾਨੀ ਦੁਸ਼ਮਣ ਬਣ ਗਿਆ। ਇੱਕ ਕਨਾਲ ਜ਼ਮੀਨ ਦਾ ਇਹ ਰੌਲਾ ਸੀ ਜਿਸ ਨੂੰ ਲੈ ਕੇ ਦੋ ਭਰਾਵਾਂ ਦੇ ਵਿੱਚ ਗੋਲੀਆਂ ਚੱਲੀਆਂ ਨੇ। ਦੋਵੇਂ ਭਰਾ ਆਮੋ ਸਾਹਮਣੇ ਹੋ ਗਏ ਨੇ ਤੇ ਇਸ ਦੇ ਵਿੱਚ ਚਾਰ ਲੋਕ ਜ਼ਖਮੀ ਹੋਏ ਨੇ। ਇੱਕ ਸ਼ਖਸ ਦੀ ਲੱਤ ਦੇ ਵਿੱਚ ਸ਼ਰੇ ਲੱਗੇ ਨੇ। ਦੱਸਿਆ ਜਾ ਰਿਹਾ ਹੈ ਕਿ ਮਹਿਜ਼ ਇੱਕ ਕਨਾਲ ਜ਼ਮੀਨ ਦਾ ਇਹ ਰੌਲਾ ਹੈ ਜਿਸ ਤੋਂ ਬਾਅਦ ਦੋ ਧਿਰਾਂ ਦੇ ਵਿੱਚ ਇਹ ਲੜਾਈ ਹੋਈ ਹੈ ਤੇ ਇੱਕ ਧਿਰ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ। ਤਰਨਤਾਰਨ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਧਗਾਣਾ ਚ ਇਹ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ ਚਾਰ ਲੋਕ ਜ਼ਖਮੀ ਹੋਏ ਨੇ ਤੇ ਗੋਲੀ ਚੱਲਣ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦੋਹਾਂ ਭਰਾਵਾਂ ਦੇ ਵਿੱਚ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਵਿਵਾਦ ਦੇ ਵਿੱਚ ਚਾਰ ਲੋਕ ਜ਼ਖਮੀ ਹੋਏ ਨੇ ਤੇ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਤੇ ਗੋਲੀ ਚਲਾਈ ਗਈ ਹੈ। ਪੁਲਿਸ ਦੇ ਮੁਤਾਬਕ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇੱਕ ਭਰਾ ਸ਼ਬਾਜ ਸਿੰਘ ਦੀ ਸ਼ਿਕਾਇਤ ਤੇ ਦੂਜੇ ਭਰਾ ਬਲਜੀਤ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜੋ ਗੋਲੀ ਚੱਲਣ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇੱਕ ਵਾਰ ਫਿਰ ਜ਼ਮੀਨੀ ਵਿਵਾਦ ਦੇ ਕਾਰਨ ਇਹ ਗੋਲੀਆਂ ਚੱਲੀਆਂ ਨੇ। ਦੋ ਭਰਾਵਾਂ ਦੇ ਵਿੱਚ ਗੋਲੀਆਂ ਚੱਲੀਆਂ ਨੇ, ਇੱਕ ਕਨਾਲ ਜ਼ਮੀਨ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ ਇੱਕ ਭਰਾ ਜ਼ਖਮੀ ਹੋ ਗਿਆ ਹੈ, ਇੱਕ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ, ਸ਼ਰੇ ਲੱਗੇ ਨੇ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਜਾਂਚ ਕੀਤੀ ਜਾ ਰਹੀ ਹੈ। ਮਹਿਜ਼ ਇੱਕ ਕਨਾਲ ਜ਼ਮੀਨ ਦਾ ਇਹ ਰੌਲਾ ਹੈ ਜਿਸ ਨੂੰ ਲੈ ਕੇ ਦੋ ਭਰਾ ਆਮੋ ਸਾਹਮਣੇ ਹੋ ਗਏ ਨੇ ਤੇ ਗੋਲੀਆਂ ਤੱਕ ਚੱਲ ਗਈਆਂ ਨੇ। ਦੋਵਾਂ ਭਰਾਵਾਂ ਦਾ ਧਗਾਣਾ ਪਿੰਡ ਦੇ ਵਿੱਚ ਇੱਕ ਕਨਾਲ ਜ਼ਮੀਨ ਨੂੰ ਲੈ ਕੇ ਝਗੜਾ ਹੋਇਆ ਸੀਗਾ। ਇੱਕ ਵੀਡੀਓ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਆ ਜਿਸ ਦੇ ਵਿੱਚ ਗੋਲੀ ਚੱਲਦੀ ਨਜ਼ਰ ਆਈ ਆ। ਬਲਜੀਤ ਪਾਰਟੀ ਵੱਲੋਂ ਸਹਿਬਾਜ ਪਾਰਟੀ ਦੇ ਘਰੇ ਜਾ ਕੇ ਹਮਲਾ ਕੀਤਾ ਗਿਆ, 12 ਮੋਰ ਦਾ ਫਾਇਰ ਕੀਤਾ ਗਿਆ। ਜਿਹੜੀ ਸਹਿਬਾਜ ਪਾਰਟੀ ਆ ਉਹਨਾਂ ਦੀ ਲੱਤ ਦੇ ਵਿੱਚ ਸ਼ਰਾ ਲੱਗਾ ਆ। ਜਿਹੜੀ ਬਲਜੀਤ ਪਾਰਟੀ ਆ ਉਹ ਵੀ ਇਸ ਟਾਈਮ ਹੋਸਪਿਟਲ ਦੇ ਵਿੱਚ ਐਡਮਿਟ ਆ, ਉਸਨੂੰ ਤਸਦੀਕ ਕਰਨਾ ਬਾਕੀ ਆ। ਬਾਕੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦੇ ਬਾਰੇ ਦੇਖਦੇ ਹਾਂ ਕਿੰਨੀ ਕੁ ਸੱਚਾਈ ਆ ਤੇ ਕਿੰਨਾ ਕੁ ਉਹਦੇ ਵਿੱਚ ਝੂਠ ਦੱਸਿਆ ਜਾ ਰਿਹਾ ਹੈ।